ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਦਾ ਸਪੇਨ ਵਾਲਾ ਭਾਈ। ਕੀ ਹਾਲ ਚਾਲ ਆ ਤੁਹਾਡੇ? ਉਮੀਦ ਹੈ ਕਿ ਵਧੀਆ ਹੀ ਹੋਣਗੇ। ਜਿਵੇਂ ਕਿ ਮੈਂ ਤੁਹਾਨੂੰ ਆਪਦੀ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਕਿ ਆਪਣੀ ਮਾਰਕੀਟ ਵਾਲਿਆਂ ਨਾਲ ਗੱਲਬਾਤ ਚੱਲ ਰਹੀ ਹੈ, ਤਾਂ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਆਪਾਂ ਨੂੰ ਕਿ ਤੁਸੀਂ ਵੀਡੀਓ ਸ਼ੂਟ ਕਰ ਸਕਦੇ ਹੋ। ਹਾਲਾਂਕਿ ਪਰਮਿਸ਼ਨ ਅੱਧੇ ਘੰਟੇ ਦੀ ਹੀ ਮਿਲੀ ਆ, ਬਟ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਧੇ ਘੰਟੇ 'ਚ ਜ਼ਿਆਦਾ ਤੋਂ ਜ਼ਿਆਦਾ ਕਵਰ ਕਰੀਏ, ਕਿਉਂਕਿ ਵੀਡੀਓ ਬਣਾਉਂਦੇ ਹੋਏ ਕੁਛ ਵੀਡੀਓ ਇੱਜੀ ਵੀ ਹੁੰਦੀ ਜਿਹੜੀ ਕੱਟ ਕਰਨੀ ਪੈਂਦੀ ਆ, ਸਾਰੀ ਵੀਡੀਓ ਬੈਟਰ ਨਹੀਂ ਬਣ ਪਾਉਂਦੀ। ਚਲੋ ਜਿੰਨੀ ਵੀ ਬਣੂਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਆ ਜਾਓ ਫਿਰ ਚੱਲੀਏ ਮਾਰਕੀਟ ਕੈਰੇਫੋਰ। ਫਾਈਨਲੀ ਆਪਾਂ ਕੈਰੇਫੋਰ ਪਹੁੰਚ ਗਏ ਹਾਂ। ਹੁਣ ਆਪਾਂ ਇੱਥੇ ਡਾਇਰੈਕਟਰ ਨਾਲ ਗੱਲ ਕਰਨੀ ਆ ਜਿਨ੍ਹਾਂ ਨੇ ਆਪਾਂ ਨੂੰ ਪਰਮਿਸ਼ਨ ਦਿੱਤੀ ਸੀ। ਆਓ ਫਿਰ ਉਹਨਾਂ ਨਾਲ ਗੱਲ ਕਰੀਏ, ਦੇਖੀਏ ਉਹ ਕੀ ਕਹਿੰਦੇ ਨੇ। ਹੈਲੋ, ਕੀ ਹਾਲ ਆ ਜੀ? ਆਪਣੇ ਨਾਲ ਸੰਤ ਕੁਆਤ, ਕੈਰੇਫੋਰ ਦੇ ਡਾਇਰੈਕਟਰ ਐਲਬਰਟ ਹੀ ਆਪਾਂ ਨੂੰ ਇਸ ਬਾਰੇ ਜਾਣਕਾਰੀ ਦੇਣਗੇ। ਗੁੱਡ ਆਫਟਰਨੂਨ, ਯੂ ਆਰ ਵੈਲਕਮ ਇਨ ਸੰਤ ਕੁਆਤ ਕੈਰੇਫੋਰ। ਮੈਂ ਇੱਥੇ ਦਾ ਡਾਇਰੈਕਟਰ ਐਲਬਰਟ। ਇਹ ਕੈਰੇਫੋਰ 9000 ਸਕੁਆਇਰ ਮੀਟਰ ਦੇ ਵਿੱਚ ਬਣਿਆ ਹੋਇਆ ਆ। ਜਿਹੜਾ ਤੁਸੀਂ ਸਾਡੇ ਪਿੱਛੇ ਦੇਖ ਰਹੇ ਹਾਂ ਇਹ ਸਾਰੇ ਬਾਇਓ ਦੇ ਪ੍ਰੋਡਕਟ ਆ, ਇੱਥੋਂ ਲੈ ਕੇ ਉੱਥੇ ਤੱਕ। ਸਾਡੇ ਇੱਥੇ ਤੁਹਾਨੂੰ ਹਰੇਕ ਆਰਡਰ ਸੈਕਸ਼ਨ ਮਿਲ ਜਾਣਗੇ, ਜਿਵੇਂ ਐਲਕੋਹਲ, ਨੋਨ ਵੈਜ, ਵੈਜ, ਫਰੂਟਸ, ਕਿਡਸ ਐਂਡ ਐਕਸਟਰਾ ਐਕਸਟਰਾ। ਇਸ ਵਾਲੀ ਸਾਈਡ 'ਤੇ ਸਾਰਾ ਫਰੂਟ ਤਾਂ ਵੈਜ ਲੱਗਿਆ ਹੋਇਆ ਆ, ਤਾਂ ਉਸ ਵਾਲੀ ਸਾਈਡ 'ਤੇ ਸਾਰਾ ਐਲਕੋਹਲ ਤਾਂ ਨੋਨ ਵੈਜ ਲੱਗਿਆ ਹੋਇਆ ਆ, ਜਿਵੇਂ ਕਿ ਤੁਸੀਂ ਜਾ ਕੇ ਦੇਖ ਸਕਦੇ ਹੋ। ਓਕੇ, ਥੈਂਕ ਯੂ। ਹੁਣ ਵਾਰੀ ਆ ਦਾਰੂ ਦੇ ਸੈਕਸ਼ਨ ਦੀ। ਚਲੋ ਆ ਜਾਓ ਬਾਈ, ਤੁਹਾਨੂੰ ਦਾਰੂ ਦਿਖਾਈਏ। ਇੱਥੇ ਲਮਸਮ ਹਰੇਕ ਤਰੀਕੇ ਦੀ ਦਾਰੂ ਮਿਲ ਜਾਂਦੀ ਆ। ਹਰੇਕ ਤਰੀਕੇ ਦੀ ਤਾਂ ਨਹੀਂ ਕਹਿ ਸਕਦੇ ਆਪਾਂ, ਪਰ ਜ਼ਿਆਦਾਤਰ ਕੁਆਲਿਟੀਆਂ ਇੱਥੇ ਹੈਗੀਆਂ ਆ। ਜਿਵੇਂ ਕਿ ਤੁਸੀਂ ਹੁਣ ਉੱਤੇ ਦੇਖ ਹੀ ਰਹੇ ਹੋਵੋਗੇ ਕਿ ਉਤਲੇ ਪਾਸੇ ਨਾਮ ਲਿਖੇ ਹੋਏ ਆ, ਵੋਦਕਾ, ਵਿਸਕੀ, ਪ੍ਰੀਮੀਅਮ ਵਿਸਕੀ, ਰੋਮ ਲਿਖਿਆ ਹੋਇਆ ਇੱਥੇ ਇੱਕ ਜਗ੍ਹਾ, ਸ਼ਾਇਦ ਮੇਰੇ ਹਿਸਾਬ ਨਾਲ ਰਮ ਨੂੰ ਰੋਮ ਲਿਖਦੇ ਆ ਇਹ, ਤਾਂ ਬਾਕੀ ਹੋਰ ਵੀ ਕਈ ਨਾਮ ਆ। ਤੁਸੀਂ ਉੱਤੇ ਦੇਖੀ ਜਾਇਓ, ਉੱਤੇ ਨਾਮ ਲਿਖੇ ਹੋਏ ਆ ਆਪਣਾ ਦਾਰੂਆਂ ਦੇ, ਤਾਂ ਥਰੜੇ ਪਾਸੇ ਦਾਰੂਆਂ ਦੇ ਰੇਟ ਵੀ ਲੱਗੇ ਹੋਏ ਆ। ਰੇਟ ਜਿੰਨੇ ਵੀ ਆ ਥੱਲੇ ਲਿਖੇ ਹੋਏ ਸਾਰੇ ਉਹ ਯੂਰੋ ਦੇ ਵਿੱਚ ਲਿਖੇ ਹੋਏ ਆ, ਤਾਂ ਆਪਣੇ ਇੱਥੇ ਦਾ ਉਹੀ 80-85 ਰੁਪਏ ਇੱਥੇ ਦਾ 1 ਯੂਰੋ ਬਣਦਾ ਆ। ਤਾਂ ਜ਼ਿਆਦਾਤਰ ਦਾਰੂ ਇੱਥੇ, ਦਾਰੂ ਤਾਂ ਬੀਅਰ ਸਸਤੀ ਹੀ ਆ, ਕੁਛ ਮਤਲਬ ਮਹਿੰਗੇ ਬ੍ਰਾਂਡ ਵੀ ਹੈਗੇ ਆ, ਬਾਕੀ ਇੰਡੀਆ ਹਿਸਾਬ ਨਾਲ ਕਈ ਦਾਰੂ ਤਾਂ ਕਈ ਬੀਅਰਾਂ ਮਤਲਬ ਬਹੁਤ ਸਸਤੀਆਂ ਆ, ਹਾਲਾਂਕਿ ਬ੍ਰਾਂਡ ਇੱਥੇ ਦੂਜੇ ਆ ਪਰ ਸਸਤੇ ਵੀ ਆ। ਬਾਕੀ ਗੱਲਾਂ ਦੀਆਂ ਗੱਲਾਂ ਬਈ, ਇੱਥੇ ਨਾ ਦਾਰੂ ਤਾਂ ਦਾਰੂ ਰਹੀ, ਬੋਤਲਾਂ ਬਹੁਤ ਸੋਹਣੀਆਂ ਆ। ਹਰੇਕ ਬੋਤਲ ਕੋਈ ਵੀ ਦੇਖ ਲਓ, ਹਰੇਕ ਬੋਤਲ ਦੀ ਅੱਡ ਸ਼ੇਪ ਆ, ਔਰ ਹਰੇਕ ਬੋਤਲ ਬਹੁਤ ਸੋਹਣੀ ਆ। ਆ ਗਈ ਵੀ ਪਿਓਰ ਔਰਗੈਨਿਕ, ਨਹੀਂ ਪਿਓਰ ਔਰਗੈਨਿਕ ਤਾਂ ਨਹੀਂ ਕਹਿ ਸਕਦੇ, ਔਰਗੈਨਿਕ ਕਹਿ ਸਕਦੇ ਹਾਂ, ਬਾਇਓ ਵਾਲਿਆਂ ਦੀ ਆ ਇਹ ਜੀ। ਪਿਓਰ ਔਰਗੈਨਿਕ ਤਾਂ ਆਪਣੇ ਵਾਲੀ ਹੁੰਦੀ ਆ, ਪਤਾ ਹੀ ਆ ਤੁਹਾਨੂੰ। ਚਲੋ ਬਈ, ਦਾਰੂ ਬਹੁਤ ਦੇਖ ਲਈ, ਬਹੁਤ ਫੀਲਿੰਗਾਂ ਲੈ ਲਈਆਂ, ਹੁਣ ਆਪਾਂ ਚੱਲਦੇ ਹਾਂ ਮੀਟ ਦੇ ਵੱਲ। ਆ ਜਾਓ ਫੇ।
ਇਹ ਆ ਬਾਈ ਵੱਡੇ ਜਾਨਵਰਾਂ ਦੇ ਲੈਗ ਪੀਸ, ਜਿਵੇਂ ਆਪਣਾ ਘੋੜਾ ਹੋ ਗਿਆ, ਸੂਰ ਹੋ ਗਿਆ, ਬੀਫ ਹੋ ਗਿਆ, ਜਿਵੇਂ ਇਹ ਸਭ ਵੱਡੇ ਵੱਡੇ ਜਾਨਵਰਾਂ ਦੇ ਲੈਗ ਪੀਸ ਆ। ਗੋਰੇ ਕਾਫੀ ਮਾਤਰਾ 'ਚ ਇਹਨੂੰ ਖਾਂਦੇ ਆ। ਬਾਕੀ ਆਪਣਾ ਜਦੋਂ ਇਹਨਾਂ ਦਾ ਕੋਈ ਦਿਨ ਤਿਉਹਾਰ ਹੁੰਦਾ, ਜਿਵੇਂ ਕ੍ਰਿਸਮਸ ਹੋ ਗਿਆ, ਬਾਕੀਆਂ ਜਿਹੜੇ ਤਿਉਹਾਰ ਹੁੰਦੇ ਆ, ਉਹਨਾਂ 'ਤੇ ਗਿਫਟ ਵੀ ਕਰਦੇ ਇੱਕ ਦੂਜੇ ਨੂੰ। ਇਹ ਕਾਫੀ ਮਹਿੰਗੇ ਮਹਿੰਗੇ ਵੀ ਹੁੰਦੇ ਆ, 200-300 ਯੂਰੋ ਦੇ ਕਰੀਬ ਵੀ ਹੁੰਦਾ ਕਈ ਕਈ ਪੀਸ ਤਾਂ, ਵੈਸੇ 60-70 ਨੋਰਮਲੀ ਹੁੰਦਾ ਆ। ਆ ਜਾਓ ਹੁਣ ਚੱਲਦੇ ਹਾਂ ਆਪਾਂ ਪੈਕ ਮੀਟ ਦੇ ਵੱਲ, ਤੁਹਾਨੂੰ ਦਿਖਾਉਂਦੇ ਇੱਥੇ ਜਿਹੜਾ ਪੈਕ ਮੀਟ ਆਉਂਦਾ ਆ ਉਹ ਕਿੱਦਾਂ ਹੁੰਦਾ। ਇਹ ਜਿੰਨਾ ਵੀ ਮੀਟ ਆ ਇਹ ਸਾਰਾ ਇੰਸਟੈਂਟ ਬਣਨ ਵਾਲਾ, ਮਤਲਬ 10-15 ਮਿੰਟਾਂ ਦੇ ਵਿੱਚ ਇਹ ਮੀਟ ਬਣ ਜਾਂਦਾ ਜਿਹੜਾ ਪੈਕ ਵਾਲਾ ਹੁੰਦਾ ਆ। ਇਹ 'ਚ ਜ਼ਿਆਦਾਤਰ ਮੀਟ ਪਾਨ ਦੇ ਵਿੱਚ ਲਾ ਕੇ ਖਾਣ ਵਾਲਾ ਆ। ਪਾਨ ਜਿਹਨੇ ਮੇਰੇ ਵੀਰਾਂ ਨੂੰ ਨਹੀਂ ਪਤਾ ਕੀ ਹੁੰਦਾ ਆ, ਚੈਨਲ ਦੇ ਉੱਤੇ ਵੀਡੀਓ ਪਈ ਆ, ਦੇਖ ਲੈਣ, ਉਹਨਾਂ ਨੂੰ ਪਤਾ ਲੱਗ ਜੂ ਪਾਨ ਕੀ ਹੁੰਦਾ ਆ। ਜਿਹੜੇ ਲੈਗ ਪੀਸ ਆ ਉਹ ਵੀ ਇਹ ਥੋੜ੍ਹਾ ਥੋੜ੍ਹਾ ਖੁਰਚ ਕੇ ਪਾਨ ਦੇ ਵਿੱਚ ਲਾਉਂਦੇ ਆ, ਮੈਂ ਉਹ 'ਚ ਦੱਸਿਆ ਹੋਇਆ, ਤੁਸੀਂ ਉਹ ਵੀਡੀਓ ਦੇਖ ਸਕਦੇ ਹੋ, ਉਹਦੇ ਨਾਲ ਤੁਹਾਨੂੰ ਜਾਣਕਾਰੀ ਮਿਲ ਜੂਗੀ ਪੂਰੀ। ਚਲੋ ਆ ਜਾਓ ਅੱਗੇ ਹੋਰ ਦੇਖਦੇ ਹਾਂ ਆਪਾਂ। ਇੱਥੇ ਕੁਛ ਇਹੋ ਮੀਟ ਵੀ ਆ ਜਿਹੜੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕੀ ਆ, ਕਈ ਤਾਂ ਜ਼ਿਆਦਾਤਰ ਹੁਣ ਪਤਾ, ਬਾਕੀ ਹੌਲੀ ਹੌਲੀ ਪਤਾ ਲੱਗ ਜੂ ਤੁਹਾਨੂੰ, ਅੱਗੇ ਸਾਰਾ ਕੁਛ ਦੱਸਾਂਗੇ। ਇੱਕ ਆਹ ਆਈਟਮ ਪਤਾ ਨਹੀਂ ਕੀ ਪਿਆ ਸੀਗਾ, ਮੈਂ ਕਾਫੀ ਚਿਰ ਦੇਖਿਆ ਦੁਖਿਆ ਬਟ ਮੇਰੇ ਸਮਝ ਨਹੀਂ ਆਇਆ। ਬਈ ਇੱਥੇ ਨਾ ਇੰਨੇ ਤਰੀਕਿਆਂ ਦੇ ਮੀਟ ਆ, ਬੰਦਾ ਮੈਨੂੰ ਲੱਗਦਾ ਜ਼ਿਆਦਾਤਰ ਬੰਦੇ ਆਪਣੇ ਵਰਗੇ ਜਿਹੜੇ ਹੁੰਦੇ ਆ ਉਹਨਾਂ ਨੂੰ ਨਾ ਬਹੁਤ ਜ਼ਿਆਦਾ 5-7 ਮੀਟਾਂ ਦਾ ਹੀ ਪਤਾ ਹੁੰਦਾ ਆ। ਬਾਕੀ ਇੱਥੇ ਤਾਂ ਬਈ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਦਾ ਬਹੁਤ ਧਿਆਨ ਨਾਲ ਦੇਖਣਾ ਪੈਂਦਾ ਆ, ਹਰੇਕ ਚੀਜ਼ ਦੇਖਣੀ ਪੈਂਦੀ ਆ ਕੀ ਆ ਕੀ ਨਹੀਂ ਗਾ, ਫਿਰ ਪਤਾ ਲੱਗਦਾ ਆ ਕਿ ਕਿਹੜਾ ਕਿਹੜੀ ਚੀਜ਼ ਦਾ ਮੀਟ ਹੈਗਾ। ਬਹੁਤ ਹੀ ਵਰਾਇਟੀਆਂ ਆ ਇੱਥੇ। ਇੱਥੇ ਅੱਗੇ ਇਹਨਾਂ ਨੇ ਬਾਇਓ ਵਾਲਿਆਂ ਦਾ ਵੀ ਮੀਟ ਲਾਇਆ ਹੋਇਆ ਹੈ। ਬਾਇਓ ਆਪਣੇ ਇੱਥੇ ਤੁਹਾਨੂੰ ਪਤਾ ਹੀ ਆ, ਆਹ ਦੇਖੋ ਬਾਇਓ ਮਤਲਬ ਔਰਗੈਨਿਕ ਕਹਿੰਦੇ ਜਿਹਨੂੰ ਆਪਣਾ। ਇੱਥੇ ਲਮਸਮ ਮੈਂ ਦੇਖਿਆ ਹਰੇਕ ਚੀਜ਼ ਨੂੰ ਮਤਲਬ ਨਾ ਔਰਗੈਨਿਕ ਬਾਇਓ ਵਾਲਿਆਂ ਦੀ ਜ਼ਰੂਰ ਮਿਲ ਜਾਂਦੀ ਆ। ਕੋਈ ਵੀ ਚੀਜ਼ ਆ, ਕੱਪੜਾ ਹੋ ਗਿਆ, ਮੀਟ, ਦਾਰੂ, A to Z ਚੀਜ਼ਾਂ ਬਾਇਓ ਵਾਲਿਆਂ ਦੇ ਜ਼ਰੂਰ ਮਿਲਦੀਆਂ। ਹਾਲਾਂਕਿ ਉਹ ਥੋੜ੍ਹੀਆਂ ਮਹਿੰਗੀਆਂ ਹੁੰਦੀਆਂ, ਅੰਡੇ ਵਗੈਰਾ ਵੀ ਬਾਇਓ ਵਾਲਿਆਂ ਦੇ ਹੁੰਦੇ ਆ। ਇਹ ਬਾਇਓ 'ਤੇ ਕੁਛ ਗੋਰੇ ਬਹੁਤ ਜ਼ਿਆਦਾ ਧਿਆਨ ਦਿੰਦੇ, ਬਾਇਓ ਖਾਂਦੇ ਵੀ ਬਾਇਓ ਵਾਲਾ ਜ਼ਿਆਦਾ ਹੈ। ਪੈਕ ਮੀਟ ਕਈਆਂ ਨੂੰ ਮਸਾਲਾ ਹੀ ਲੱਗਿਆ ਹੁੰਦਾ ਆ ਆਪਣਾ, ਪੂਰਾ ਤਿਆਰ ਹੁੰਦੇ, ਬਸ ਭੁੰਨਣੇ ਹੁੰਦੇ ਆ। ਚਲੋ ਹੁਣ ਤੁਹਾਨੂੰ ਫਰੈਸ਼ ਮੀਟ ਦਿਖਾਉਂਦੇ ਹਾਂ। ਆ ਆ ਬਈ ਫਰੈਸ਼ ਮੀਟ ਇੱਥੇ, ਜਿਹੜਾ ਤੁਰੰਤ ਮਤਲਬ ਇੰਸਟੈਂਟ ਆਪਣਾ ਕੱਟ ਕੱਟ ਕੇ ਦਿੰਦੇ ਆ। ਇਹ 'ਚ ਵੀ ਕਈ ਵਰਾਇਟੀਆਂ ਆ ਜੋ ਦਿਖਾਉਂਦੇ। ਆ ਵੀ ਪੂਰੀ ਪੂਰੀ ਮੁਰਗੀ ਪਈ ਆ ਇੱਥੇ, ਤਾਂ ਬਾਕੀ ਆਪਣਾ ਲੈਗ ਪੀਸ ਅੱਡ ਪਏ ਆ। ਅੱਗੇ ਚੱਲ ਕੇ ਆਪਾਂ ਇਸ 'ਤੇ ਵੀ ਵੀਡੀਓ ਬਣਾਵਾਂਗੇ, ਇਹਨਾਂ ਦਾ ਮੀਟ ਲੈ ਕੇ ਆਵਾਂਗੇ, ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿਵੇਂ ਬਣਾਈਦਾ ਇਹ। ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਤਾਂ ਬੈਲ ਵਾਲਾ ਆਈਕੋਨ ਨਾ ਜਿਹੜਾ ਉਹ ਜ਼ਰੂਰ ਦੱਬ ਲਿਆ ਕਰੋ, ਉਹਨੂੰ ਆਲ 'ਤੇ ਕਰ ਦਿਆ ਕਰੋ, ਤਾਂ ਕਿ ਜਿਵੇਂ ਵੀ ਵੀਡੀਓ ਆਵੇ ਤੁਹਾਨੂੰ ਪਤਾ ਲੱਗ ਜਾਵੇ ਕਿ ਫਿਰ ਹੁਣ ਪੈਕਡ ਮੀਟ ਆ ਗਏ। ਬਾਕੀ ਹੋਰ ਵੀ 1-2 ਸੈਕਸ਼ਨ ਸੀਗੇ ਪਰ ਜ਼ਿਆਦਾ ਮੈਂ ਨਹੀਂ ਕਵਰ ਕੀਤਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ। ਫਿਰ ਮੇਨ ਕੱਟ ਟੂ ਕੱਟ ਦੱਸਿਆ। ਆ ਜਾਓ ਹੁਣ ਸੀ ਫੂਡ ਦਿਖਾਉਂਦੇ ਤੁਹਾਨੂੰ। ਇੱਥੇ ਆਪਣਾ ਜੋ ਮੱਛੀ ਵਗੈਰਾ, ਸਮੁੰਦਰ ਦੇ ਜਿੰਨੇ ਵੀ ਫੂਡ ਹੁੰਦੇ ਸੀ ਫੂਡ, ਉਹ ਦਿਖਾਉਂਦੇ ਹਾਂ। ਆ ਜਾਓ ਚੱਲੀਏ ਫਿਰ। ਆ ਵਾਲਾ ਪੂਰਾ ਜਿੰਨਾ ਵੀ ਆਪਣਾ ਸੈਕਸ਼ਨ ਹੈਗਾ ਇੱਧਰ ਸਾਰਾ ਆਪਣਾ ਸੀ ਫੂਡ ਲੱਗਿਆ ਹੋਇਆ ਆ। ਮੱਛੀ, ਕੇਕੜਾ, ਝਿੰਗਾ, ਆਕਟੋਪਸ, ਪਤਾ ਨਹੀਂ ਕੀ ਕੀ ਆ, ਦੇਖ ਲਿਓ ਆਪੇ। ਕਈ ਚੀਜ਼ਾਂ ਦੇ ਤਾਂ ਮੈਨੂੰ ਨਾਮ ਵੀ ਨਹੀਂ ਪਤਾ। ਆ ਜਾਓ ਦਿਖਾਈਏ। ਆਹ ਦੇਖੋ ਕੇਕੜਾ ਪਿਆ 11 ਯੂਰੋ 90 ਸੈਂਟ ਦਾ, ਪੂਰਾ ਵੱਡਾ। ਤਾਂ ਇੱਧਰ ਨਾਲ ਆਪਣਾ ਹੋਰ ਵੀ ਉੱਤੇ ਕੁਛ ਪਿਆ ਸੀਗਾ। ਤਾਂ ਇੱਧਰ ਆਹ ਆਪਣੇ ਆ ਗਏ ਝਿੰਗੇ। ਤਾਂ ਆਹ ਆਕਟੋਪਸ ਪਿਆ ਵੀ, ਪਤਾ ਨਹੀਂ ਕਿਹੜੇ ਕਿਹੜੇ ਅਜੀਬ ਅਜੀਬ ਮੀਟ ਇੱਥੇ ਹੈਗੇ ਆ। ਹਾਲਾਂਕਿ ਗੋਰੀ ਇਹ ਸਭ ਖਾਂਦੇ ਆ ਪਰ ਆਪਣੇ ਇੱਥੇ ਇਸ ਬਾਰੇ ਨੌਲੇਜ ਨਹੀਂ ਗੀ ਨਾ ਇੰਨੀ ਕੀ ਹੈਗਾ ਕੀ ਨਹੀਂ ਗਾ। ਬਾਕੀ ਆਪਣੇ ਲਾਈਕ ਵੀ ਨਹੀਂ ਕਰਦੇ ਇੰਨਾ ਖਾਣਾ। ਇੱਧਰ ਮੱਛੀ ਲੱਗੀ ਹੋਈ ਆ ਸਾਰੀ। ਇੱਥੋਂ ਹੁਣ ਆਪਾਂ ਚੱਲਦੇ ਹਾਂ ਬਾਹਰ ਨੂੰ, ਬਾਹਰੋਂ ਦਿਖਾਉਂਦੇ ਹਾਂ ਅੱਗੇ ਜਾਣ ਦਾ ਰਸਤਾ ਹੈ ਨਹੀਂ ਗਾ।
ਇਹ ਬਰਫ਼ ਲਗਾਤਾਰ ਪਾਉਂਦੇ ਰਹਿੰਦੇ ਆ ਤਾਂ ਬਰਫ਼ ਖੁਰਦੀ ਰਹਿੰਦੀ ਆ ਨਾ ਤਾਂ ਪਾਣੀ ਨਿਕਲ ਜਾਂਦਾ ਥੱਲੋਂ ਥੱਲੇ ਇਹਨਾਂ ਸਿਸਟਮ ਬਣਾਇਆ ਹੁੰਦਾ ਹੈ ਤਾਂ ਇਹਨਾਂ ਨੇ ਬਰਫ਼ ਪਾ ਕੇ ਉਹਦੇ ਉੱਤੇ ਮੱਛੀ ਕੇਕੜੇ ਝਿੰਗੇ ਜੋ ਵੀ ਇਹਨਾਂ ਦਾ ਹੈਗਾ ਸਮਾਨ ਸੱਟਾ ਸਭ ਇਹਨਾਂ ਨੇ ਲਾਈ ਜਾਣਾ ਉੱਤੇ। ਲਓ ਵੀ ਮੀਟ ਤਾਂ ਮੱਛੀ ਵਾਲਾ ਆਪਾਂ ਪੂਰਾ ਕਵਰ ਕਰ ਲਿਆ ਆ, ਹੁਣ ਅੱਗੇ ਚੱਲੋ ਤੁਹਾਨੂੰ ਕੁਛ ਹੋਰ। ਇੱਥੇ ਲੱਗਿਆ ਬਟਰਸ, ਹੁਣ ਆਪਾਂ ਗਰੋਸਰੀ 'ਚ ਆ ਗਏ ਹਾਂ ਤਾਂ ਇਹਦੇ ਬਟਰਸ ਦੇ ਅੱਗੇ ਆਪਣਾ ਟੋਫੀਆਂ ਵਗੈਰਾ ਚੋਕਲੇਟਸ ਵਗੈਰਾ ਲਿਖੀਆਂ ਬੱਚੇ ਦੀਆਂ ਸਾਰੀਆਂ, ਤਾਂ ਆਪਾਂ ਕੱਟ ਟੂ ਕੱਟ ਤੁਹਾਨੂੰ ਥੋੜ੍ਹਾ ਥੋੜ੍ਹਾ ਦਿਖਾ ਕੇ ਤਾਂ ਅੱਜ ਵੀਡੀਓ ਇਹੀ ਜਲਦੀ ਐਂਡ ਕਰਦੇ ਹਾਂ ਇਹਦਾ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਆ। ਬਾਕੀ ਆਪਾਂ ਨੂੰ ਅੱਧਾ ਘੰਟਾ ਹੀ ਮਿਲਿਆ ਸੀਗਾ ਸ਼ੂਟ ਕਰਨ ਦਾ, ਸ਼ੂਟਿੰਗ ਕਰਦੇ ਕਰਦੇ ਹੋ ਗਿਆ ਮੈਨੂੰ ਲੱਗਦਾ 1 ਘੰਟੇ ਤੋਂ ਉੱਤੇ, ਤਾਂ ਐਵੇਂ ਬੰਦਾ ਕੋਈ ਕਹੇ ਕਾਹਤੋਂ। ਉਸ ਤੋਂ ਵਧੀਆ ਆਪਾਂ ਜਲਦੀ ਜਲਦੀ ਜਿਹੜਾ ਆਪਣੇ ਸ਼ੋਟਸ ਲੈਣੇ ਆ ਲੈ ਕੇ ਚੱਲੀਏ। ਬਾਕੀ ਆਪਾਂ ਗਰੋਸਰੀ ਦੀ ਡਿਟੇਲ ਵੀਡੀਓ ਜਿਹੜੀ ਆ ਉਹ ਆਪਾਂ ਅੱਗੇ ਕਰ ਲਾਂਗੇ ਕਿਸੇ ਹੋਰ ਦਿਨ, ਤੁਹਾਨੂੰ ਦਿਖਾ ਦਾਂਗੇ ਗਰੋਸਰੀ 'ਚ ਫਰੂਟਸ ਦੇ ਵਿੱਚ ਵੀਜੀਟੇਬਲਸ ਦੇ ਵਿੱਚ ਕੀ ਹੁੰਦਾ ਆ ਸਾਰਾ ਕੁਝ ਦਿਖਾਵਾਂਗੇ। ਤਾਂ ਕਈ ਮੇਰੇ ਯਾਰ ਮਿੱਤਰ ਕਹਿੰਦੇ ਕਿ ਹਾਂ ਵੀ ਜਦੋਂ ਵੀਡੀਓ ਪਾਉਂਦਾ ਸਾਡੇ ਕੋਲ ਨੋਟੀਫਿਕੇਸ਼ਨ ਨਹੀਂ ਆਉਂਦੀ, ਤਾਂ ਨੋਟੀਫਿਕੇਸ਼ਨ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਈਡ 'ਤੇ ਉਹਦੇ ਬੈੱਲ ਆਈਕੋਨ ਹੁੰਦਾ ਆ ਘੰਟੀ ਜੀ ਬਣੀ ਹੁੰਦੀ ਆ ਉਹਨੂੰ ਦੱਬ ਕੇ ਆਲ ਲਿਖਿਆ ਹੁੰਦਾ, ਆਲ 'ਤੇ ਕਰ ਦਿਆ ਕਰੋ, ਜਦੋਂ ਵੀ ਮੈਂ ਵੀਡੀਓ ਪਾਊਂਗਾ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਊਗੀ। ਹੋਰ ਵੀ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੀ ਵੀਡੀਓ, ਨਾਲੇ ਆਪਣਾ ਲਾਈਕ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਅਗਲੀ ਵੀਡੀਓ ਜਿਹੜੀ ਆਵੇ ਤਾਂ ਤੁਹਾਨੂੰ ਮਿਲ ਜੇ। ਤਾਂ ਅੱਗੇ ਵੀ ਹੋਰ ਵੀ ਗੱਲ ਚੱਲ ਰਹੀ ਆ ਮਾਰਕੀਟ ਵਾਲਿਆਂ ਨਾਲ, ਤਾਂ ਐਮਾਜ਼ੋਨ ਵਾਲਿਆਂ ਨਾਲ ਵੀ ਗੱਲ ਹੋਈ ਸੀ, ਦੇਖੋ ਕੀ ਰਿਪਲਾਈ ਆਉਂਦਾ, ਜਿਵੇਂ ਜਿਵੇਂ ਰਿਪਲਾਈ ਆਉਂਦੇ ਜਾਣਗੇ ਅੱਗੇ ਵੀਡੀਓ ਬਣਾਉਂਦੇ ਰਹਾਂਗੇ ਤਾਂ ਤੁਹਾਨੂੰ ਵੀਡੀਓ ਪਾਉਂਦੇ ਰਹਾਂਗੇ। ਓਕੇ ਜੀ, ਥੈਂਕ ਯੂ ਸੋ ਮਚ।